कब्जा नजायज़ कब्जा दूर कराने का फर्ज आ जिहड़ा वो ग्राम पंचायत का बनता है तो ग्राम पंचायत नजायज़ कब्जाकारी के नाल रली हुई है। एक पासे पंजाब सरकार वालों ढंडोरा पिटिया जा रहा है कि नजायज़ कब्जे आ जिहड़े वो छुड़वाए जाणगे दूर करवाए जाणगे। मैं तो मानना जे साडे पिंडों नजायज़ कब्जा दूर कराया जाए मैं इस करके मैं नहीं मानता कोई नजायज़ कब्जा। नजायज़ कब्जा सब कुछ यदा हो चुका स्पष्ट हो चुका भी नजायज़ कब्जा किया होया ये सारा कुछ होने के बावजूद भी अज भी नजायज़ कब्जा बरकरार है। पोलिटिकल है प्रैशर है जो कोई उन्होंने होर कोई लैन देन है जिदे करके ये नजायज़ कब्जा दूर नहीं हो रहा जी। एक बी डी पी ओ सस्पेंड होया बागे पाने तो जिहड़ा बैड से आराम फरमा रहा। ਸਤਿਕਾਰ ਸਕੂਲ ਪੰਜਾਬ ਦੇ ਕੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਨੇ ਦਾਅਵੇ ਕੀਤੇ ਹੋਏ ਨੇ ਕਿਸੇ ਨੇ ਵੀ ਕੋਈ ਸਰਕਾਰੀ ਗਲੀਆਂ 'ਚ ਨਜਾਇਜ਼ ਕਬਜ਼ੇ ਜੇ ਕੀਤੇ ਹੋਏ ਨੇ ਜ਼ਮੀਨਾਂ 'ਤੇ ਤਾਂ ਉਹ ਹਰ ਹਾਲਤ ਵਿੱਚ ਛੁਡਾਏ ਜਾਣਗੇ ਅਤੇ ਕਬਜ਼ਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਇਸ ਵੇਲੇ ਅਸੀਂ ਪੰਚਾਇਤ ਭਵਨ ਜਿਹੜਾ ਹੈਗਾ ਖੇਤੀਬਾੜੀ ਭਵਨ ਮੋਹਾਲੀ ਵਿਖੇ ਮੌਜੂਦ ਹੈਗੇ ਹਾਂ। ਅਸੀਂ ਇੱਥੇ ਹੁਣੇ ਥੋੜ੍ਹੀ ਦੇਰ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਆ ਕੇ ਗਏ ਨੇ, ਮੀਡੀਆ ਨੂੰ ਸੰਬੋਧਨ ਵੀ ਕੀਤਾ। ਸੋ ਇੱਥੇ ਹੀ ਜ਼ਿਲ੍ਹਾ ਮੋਗਾ ਦੇ ਪਿੰਡ ਸਮਾਧ ਭਾਈਕਾ ਤੋਂ ਜਸਵਿੰਦਰ ਸਿੰਘ ਪਹੁੰਚੇ ਹੋਏ ਨੇ। ਜੇ ਇਹਨਾਂ ਦੀ ਗੱਲ ਮੰਨੀਏ ਤਾਂ ਇਹਨਾਂ ਦੇ ਪਿੰਡ ਦੀ ਪੰਚਾਇਤ ਦੇ ਖਿਲਾਫ ਡੀ ਡੀ ਪੀ ਓ ਨੇ ਤਕਰੀਬਨ 1 ਸਾਲ ਹੋਣ ਵਾਲਾ 11 ਮਹੀਨੇ ਹੋ ਗਏ ਹੁਕਮ ਜਾਰੀ ਕੀਤੇ ਸੀ ਕਿ ਪਿੰਡ ਦੀ ਪੰਚਾਇਤ ਦੇ ਖਿਲਾਫ ਐਕਸ਼ਨ ਲਓ। ਐਕਸ਼ਨ ਨਹੀਂ ਹੋ ਰਿਹਾ ਉਹਨੂੰ ਲੈ ਕੇ ਦਰ ਦਰ ਭਟਕ ਰਹੇ ਨੇ, ਜਾਣਦੇ ਆ ਮਾਮਲਾ ਕੀ ਹੈ। ਸੋ ਜਸਵਿੰਦਰ ਸਿੰਘ ਜੀ ਮਾਮਲਾ ਕੀ ਹੈ ਪਹਿਲਾਂ ਤਾਂ ਹੀ ਦੱਸੋ। ਮਾਮਲਾ ਇਹ ਹੈ ਜੀ ਇਹ ਪਿੰਡ ਸਮਾਧ ਭਾਈ ਦੇ ਵਿੱਚ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ, ਆਪਣਾ ਗ੍ਰਾਮ ਪੰਚਾਇਤ ਦੇ ਮਿਲੀ ਭੁਗਤ ਦੇ ਨਾਲ ਇੱਕ ਐਨ ਆਰ ਆਈ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੈ, ਜਿਹਨੂੰ ਲੈ ਕੇ ਮੈਂ ਪਿੰਡ ਦਾ ਇੱਕ ਆਮ ਨਾਗਰਿਕ ਹਾਂ। ਹਾਲਾਂਕਿ ਇਸ ਨੂੰ ਕਬਜ਼ਾ ਨਜਾਇਜ਼ ਕਬਜ਼ਾ ਦੂਰ ਕਰਾਉਣ ਦਾ ਫਰਜ਼ ਆ ਜਿਹੜਾ ਉਹ ਗ੍ਰਾਮ ਪੰਚਾਇਤ ਦਾ ਬਣਦਾ ਹੈ ਅਤੇ ਗ੍ਰਾਮ ਪੰਚਾਇਤ ਨਜਾਇਜ਼ ਕਬਜ਼ਾਕਾਰੀ ਦੇ ਨਾਲ ਰਲੀ ਹੋਈ ਹੈ ਅਤੇ ਇਹਦੇ ਵਿੱਚ ਨਿਸ਼ਾਨਦੇਹੀ ਵੀ ਹੋ ਚੁੱਕੀ ਹੈ, ਸਭ ਕੁਛ ਹੋ ਚੁੱਕਿਆ। ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਨਜਾਇਜ਼ ਕਬਜ਼ੇ ਆ ਜਿਹੜੇ ਉਹ ਛੁਡਵਾਏ ਜਾਣਗੇ ਦੂਰ ਕਰਵਾਏ ਜਾਣਗੇ, ਪਰ ਇਹ ਸਮਾਧ ਭਾਈ ਦੇ ਵਿੱਚ ਮੈਂ ਪਹਿਲਾਂ ਵੀ ਮਾਣਯੋਗ ਜਿਹੜੇ ਮੰਤਰੀ ਸਾਹਿਬ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ 2-3 ਵਾਰ ਵੀ ਮਿਲ ਚੁੱਕੇ ਹਾਂ। ਡਾਇਰੈਕਟਰ ਸਾਹਿਬ ਨੂੰ ਤਾਂ ਕੋਈ ਗਿਣਤੀ ਨਹੀਂ ਜੀ ਮੈਂ ਕਿੰਨੇ ਵਾਰੀ ਇੱਥੇ ਮੋਹਾਲੀ ਮੋਗੇ। ਕਿਹੜੇ ਡਾਇਰੈਕਟਰ ਸਾਹਿਬ? ਡਾਇਰੈਕਟਰ ਪਹਿਲਾਂ ਮਨਪ੍ਰੀਤ ਸਿੰਘ ਸੀਗੇ ਜੀ, ਹੁਣ ਉਹਨਾਂ ਦੀ ਜਗ੍ਹਾ ਤੇ ਗੁਰਪ੍ਰੀਤ ਸਿੰਘ ਖਹਿਰਾ, ਤੇ ਮੈਂ ਹਰ ਤਕਰੀਬਨ 15-20 ਦਿਨ ਬਾਅਦ ਇੱਥੇ ਮੋਹਾਲੀ ਆਉਣਾ ਹੈ। ਮੋਗੇ ਤੋਂ? ਮੋਗੇ ਤੋਂ ਚੱਲ ਕੇ ਜੀ, ਤੇ 2.5-3 ਸਾਲ ਹੋ ਗਏ ਮੈਨੂੰ ਇਹਦੇ ਦਰ ਦਰ ਭਟਕਦੇ ਨੂੰ ਤੇ ਨਜਾਇਜ਼ ਕਬਜ਼ਾ ਸਭ ਕੁਛ ਇਹਦਾ ਹੋ ਚੁੱਕਿਆ, ਸਪਸ਼ਟ ਹੋ ਚੁੱਕਿਆ ਵੀ ਨਜਾਇਜ਼ ਕਬਜ਼ਾ ਕੀਤਾ ਹੋਇਆ। ਇਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਅੱਜ ਵੀ ਨਜਾਇਜ਼ ਕਬਜ਼ਾ ਬਰਕਰਾਰ ਹੈ, ਉਵੇਂ ਜਿਵੇਂ ਸਰਕਾਰੀ ਗਲੀ ਨੂੰ ਗੇਟ ਲਾ ਕੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ। ਅੱਜ ਤੁਸੀਂ ਮਿਲ ਪਾਏ ਢਾਲੀਵਾਲ ਉਹਨਾਂ ਨੂੰ? ਨਹੀਂ, ਮੈਂ ਆਇਆ ਸੀਗਾ ਉਹਨਾਂ ਨੂੰ ਮਿਲਣ, ਉਹ ਮੇਰੇ ਆਉਣ ਤੋਂ ਬਸ ਜਦੋਂ ਮੈਂ ਆਇਆ ਤੇ ਉਦੋਂ ਹੀ ਉਹ ਚਲੇ ਗਏ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਸੀ ਵੀ ਮੈਂ ਤੁਹਾਨੂੰ ਪਹਿਲਾਂ ਵੀ ਮਿਲ ਚੁੱਕੇ ਆ, ਤੁਸੀਂ ਵਿਸ਼ਵਾਸ ਵੀ ਦਵਾਇਆ ਕਿ ਨਜਾਇਜ਼ ਕਬਜ਼ਾ ਦੂਰ ਕਰਵਾਇਆ ਜਾਊਗਾ ਤੇ ਗ੍ਰਾਮ ਪੰਚਾਇਤ ਦੇ ਖਿਲਾਫ ਜਿਹੜੀ ਢੁੱਕਵੀਂ ਕਾਰਵਾਈ ਹੈ ਉਹ ਵੀ ਕੀਤਾ ਜਾਊਗੀ। ਕਿਉਂ? ਇਹ ਜਿਹੜਾ ਐਕਸ਼ਨ ਹੈ ਡੀ ਡੀ ਪੀ ਓ ਨੇ ਲਿਖਤੇ ਅੱਗੇ ਐਕਸ਼ਨ ਕਿਹਨੇ ਕਰਨਾ ਹੈ? ਇਹ ਜਿਹੜਾ ਹੈਗਾ ਜੀ ਜਿਹੜਾ ਹੁਣ ਇਹ ਮਾਮਲਾ ਹੈਗਾ, ਇਹ ਮਾਣਯੋਗ ਜਿਹੜੇ ਡਾਇਰੈਕਟਰ ਸਾਹਿਬ ਹੈ ਪੰਚਾਇਤੀ ਰਾਜ ਦੇ ਉਹਨਾਂ ਦੇ ਕੋਲੇ ਮਾਮਲਾ ਸੁਣਵਾਈ ਅਧੀਨ ਹੈ ਤੇ ਉਹ ਹੈਗਾ ਜੀ ਇਹਨਾਂ ਕੋਲੇ ਮਤਲਬ ਕਿ ਨਿੱਜੀ ਸੁਣਵਾਈ ਲਈ ਰੱਖਿਆ ਵਾ ਪੰਚਾਇਤ ਦੀ, ਪਰ ਇਹ ਤੋਂ ਡੇਢ ਸਾਲ ਹੋ ਗਿਆ ਨਾ ਤਾਂ ਗ੍ਰਾਮ ਪੰਚਾਇਤ ਇੱਥੇ ਆਈ ਹੈ ਜੀ। ਮੈਨੂੰ ਨਹੀਂ ਪਤਾ ਹੈਗਾ ਗ੍ਰਾਮ ਪੰਚਾਇਤ ਦੇ ਕੋਈ ਪੋਲੀਟੀਕਲ ਹੈਗਾ ਪ੍ਰੈਸ਼ਰ ਹੈ ਜਾਂ ਕੋਈ ਉਹਨਾਂ ਦਾ ਹੋਰ ਕੋਈ ਲੈਣ ਦੇਣ ਹੈ ਜਿਹਦੇ ਕਰਕੇ ਇਹ ਨਜਾਇਜ਼ ਕਬਜ਼ਾ ਦੂਰ ਨਹੀਂ ਹੋ ਰਿਹਾ ਜੀ। ਤੇ ਕਬਜ਼ੇ ਨਾਲ ਤੁਹਾਨੂੰ ਕੀ ਦਿੱਕਤ ਆ ਰਹੀ ਹੈ? ਕਬਜ਼ਾ ਇਹ ਆ ਜੀ ਉਹ ਪਿੰਡ ਦੀ ਗਲੀ ਆ, ਉਹ ਮੇਰੇ ਘਰ ਦੇ ਨਾਲ ਲੱਗਦੀ ਹੈ ਬਿਲਕੁਲ, ਤੇ ਆਮ ਲੋਕਾਂ ਨੂੰ ਵੀ ਉਹਦਾ ਮਤਲਬ ਕਿ ਸਹੂਲਤ ਹੋਊਗੀ ਆਉਣ ਜਾਣ ਦੇ ਵਿੱਚ, ਤੇ ਮੈਂ ਵੀ ਉੱਧਰ ਕੋਈ ਮੈਨੂੰ ਜਿਹੜੇ ਜਿਹਦੇ ਐਨ ਆਰ ਆਈ ਦਾ ਕਬਜ਼ਾ ਕੀਤਾ ਮੈਨੂੰ ਉਹ ਕੋਈ ਗਲੀ ਦੇ ਉੱਤੇ ਬਾਰ ਬੂਹਾ ਜਾਂ ਕੋਈ ਰੋਸ਼ਨਦਾਨ ਮੈਨੂੰ ਰੱਖਣ ਨਹੀਂ ਦੇ ਰਿਹਾਗਾ, ਇਸ ਕਰਕੇ ਮੈਨੂੰ ਦਿੱਕਤ ਪੇਸ਼ ਆਉਂਦੀ ਹੈ ਜੀ। ਤੇ ਕੀ ਕਹਿੰਦੇ ਨੇ ਤੁਸੀਂ ਆਪਣੇ ਉੱਥੋਂ ਦੇ ਵਿਧਾਇਕ ਕੌਣ ਨੇ ਤੁਹਾਡੇ ਉਹਨਾਂ ਨਾਲ ਗੱਲ ਕੀਤੀ? ਉੱਥੋਂ ਦੇ ਵਿਧਾਇਕ ਅੰਮ੍ਰਿਤਪਾਲ ਆ ਜੀ, ਉਹਨਾਂ ਦੇ ਵੀ ਮਾਮਲਾ ਪੂਰੀ ਤਰ੍ਹਾਂ ਧਿਆਨ 'ਚ ਹੈ ਕਿਉਂਕਿ ਇਹ ਮਾਮਲਾ ਮੇਰੇ ਵੱਲੋਂ ਸੋਸ਼ਲ ਮੀਡੀਆ 'ਤੇ ਪਿਛਲੇ ਸਮੇਂ ਤੋਂ ਕਾਫੀ ਵਾਇਰਲ ਕੀਤਾ ਜਾ ਰਿਹਾ, ਮੈਂ ਸਮੇਂ-ਸਮੇਂ 'ਤੇ ਇਹਦੇ ਬਾਰੇ ਗਲੀ ਦੇ ਬਾਰੇ ਬੋਲਦਾ ਰਹਿੰਦਾ। ਤੁਹਾਨੂੰ ਮੈਂ ਦੱਸ ਦੇਵਾਂ ਤੁਹਾਡੀ ਜਾਣਕਾਰੀ ਲਈ ਕਿ ਪਿਛਲੇ ਦਿਨੀ ਤੁਸੀਂ ਵੇਖਿਆ ਹੋਊਗਾ ਇੱਕ ਬੀ ਡੀ ਪੀ ਓ ਸਸਪੈਂਡ ਹੋਇਆ ਸੀਗਾ ਬਾਘੇ ਪਾਣੇ ਤੋਂ, ਜਿਹੜਾ ਬੈੱਡ 'ਤੇ ਆਰਾਮ ਫਰਮਾ ਰਿਹਾ ਸੀਗਾ। ਉਹਦੀ ਜਿਹੜੀ ਵੀਡੀਓ ਹੈ ਮੈਂ ਉਹ ਵੀਡੀਓ ਕੋਲੇ ਜਾਂਦਾ ਸੀਗਾ, ਵੀਡੀਓ ਮੇਰੀ ਗੱਲ ਨਹੀਂ ਸੁਣਦਾ ਸੀਗਾ, ਜਿਹੜੀ ਉਹ ਵੀਡੀਓ ਸੀਗੀ ਉਹ ਵੀ ਮੈਂ ਬੈੱਡ 'ਤੇ ਸੁੱਤੇ ਪਏ ਵੀਡੀਓ ਦੀ ਮੈਂ ਹੀ ਬਣਾਈ ਸੀ ਜੀ। ਇਸੇ ਮਸਲੇ ਲਈ ਜਾਂਦੇ? ਇਸੇ ਮਸਲੇ 'ਚ ਜਾਂਦਾ ਸੀ, ਮੈਂ ਦਰ ਦਰ ਭਟਕ ਰਿਹਾ ਜੀ 2-2.5 ਸਾਲ ਤੋਂ, ਮੇਰਾ ਜਿਹੜਾ ਕੰਮ ਕਾਰ ਆ ਉਹ ਵੀ ਫੇਲ ਹੋ ਚੁੱਕਿਆ, ਮੇਰਾ ਘਰ ਬਾਰ ਵੀ ਸਭ ਕੁਛ, ਮੇਰੇ ਬੱਚੇ ਵੀ ਭੁੱਖੇ ਮਰਨ ਲੱਗ ਗਏ, ਪਰ ਇਹ ਕੋਈ ਟੱਸ ਤੋਂ ਮਸ ਨਹੀਂ ਹੋਇਆ ਜਿਹੜਾ ਡਿਪਾਰਟਮੈਂਟ ਹੈ ਅਤੇ ਨਾ ਨਜਾਇਜ਼ ਕਬਜ਼ਾ ਦੂਰ ਹੈ। ਕੀ ਉਮੀਦ ਲੱਗਦੀ ਹੈ ਮਾਨ ਸਰਕਾਰ ਤੋਂ? ਉਮੀਦ ਇਸੇ ਉਮੀਦ ਨਾਲ ਤਾਂ ਮੈਂ ਆ ਰਿਹਾ, ਪਰ ਮੈਨੂੰ ਕੋਈ ਲੱਗਦਾ ਨਹੀਂ ਜੀ, ਇਹ ਕੋਈ ਮੈਨੂੰ ਨਹੀਂ ਲੱਗਦਾ ਹੈਗਾ। ਇਹ ਜਿਹੜੀਆਂ ਹੈਗੀਆਂ
ਗੱਲਾਂ ਬਾਤਾਂ ਸਿਰਫ ਚੈਨਲਾਂ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਹੀ ਉਭਾਰਿਆ ਜਾ ਰਿਹਾ ਕਿ ਨਜਾਇਜ਼ ਕਬਜ਼ੇ ਦੂਰ ਕਰਾਏ ਜਾਂ ਕਰਾਏ ਜਾ ਰਹੇ ਆ। ਮੈਂ ਤਾਂ ਮੰਨਾਂ ਜੇ ਸਾਡੇ ਪਿੰਡੋਂ ਨਜਾਇਜ਼ ਕਬਜ਼ਾ ਦੂਰ ਕਰਾਇਆ ਜਾਵੇ, ਮੈਂ ਇਸ ਕਰਕੇ ਮੈਂ ਨਹੀਂ ਮੰਨਦਾ ਕੋਈ ਨਜਾਇਜ਼ ਕਬਜ਼ਾ। ਐਨ ਆਰ ਆਈ ਦਾ ਕੋਈ ਕਿਸੇ ਮੰਤਰੀ ਸੰਤਰੀ ਨਾਲ ਕੋਈ ਲੈਣਾ ਦੇਣਾ ਕੋਈ ਸਾਡਾ? ਨਾਮ ਕੀ ਉਹਨਾਂ ਦਾ? ਨਾਮ ਜਗਤਾਰ ਸਿੰਘ ਐਨ ਆਰ ਆਈ ਆ। ਉਹਨੇ ਜੀ ਚੋਣਾਂ ਦੇ ਵਿੱਚ ਪੰਚਾਇਤ ਨੂੰ, ਗ੍ਰਾਮ ਪੰਚਾਇਤ ਨੂੰ ਫੰਡ ਦਿੰਦਾ ਤੇ ਗ੍ਰਾਮ ਪੰਚਾਇਤ ਦੇ ਜਿਹੜਾ ਪਹਿਲਾ MLA ਆ ਜਾਂ ਹੋਰ ਰਹਿੰਦੇ ਪੋਲੀਟੀਕਲ ਬੰਦਾ ਅਮੀਰ ਹੋਣ ਕਰਕੇ ਉਹਦਾ 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 ਸਾਰੀਆਂ ਹੈਗਾ ਜੀ ਉਹਨਾਂ ਦਾ ਜੀ। ਸੋ ਜਸਵਿੰਦਰ ਸਿੰਘ ਉਹਨਾਂ ਨੇ ਦੱਸਿਆ ਹੈਗਾ ਕਿ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ, ਕੁਲਦੀਪ ਧਾਲੀਵਾਲ ਜਿਹੜੇ ਪੰਚਾਇਤ ਮੰਤਰੀ ਪੰਜਾਬ ਨੇ ਉਹਨਾਂ ਤੱਕ ਵੀ ਇਹਨਾਂ ਨੇ ਪਹੁੰਚ ਕਰ ਲਈ ਹੈ, ਪਰ ਖੁਦ ਜਸਵਿੰਦਰ ਸਿੰਘ ਉਹਨਾਂ ਦਾ ਕਹਿਣਾ ਕਿ ਸਿਰਫ ਇਹ ਫੋਕੇ ਦਾਅਵੇ ਨਜ਼ਰ ਆ ਰਹੇ ਨੇ ਮਾਨ ਸਰਕਾਰ ਦੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੇ। ਹਕੀਕਤ ਜੋ ਹੈਗੀ ਹੈ ਇਹਨਾਂ ਕਾਗਜ਼ਾਂ 'ਚ ਬੋਲਦੀ ਪਈ ਹੈ ਕਿ ਇੱਕ ਆਰਡਰ ਹੋਏ ਨੂੰ ਹੁਕਮ DDPO ਨੇ ਕੀਤੇ ਹੋਏ ਨੇ ਪੰਚਾਇਤ ਸਸਪੈਂਡ ਕਰਨ ਦੇ, ਅਤੇ ਇਹ ਸਾਲ ਦੇ ਕਰੀਬ ਹੋ ਚੱਲਿਆ ਅਤੇ ਡਾਇਰੈਕਟਰ ਪੰਚਾਇਤ ਉਸ 'ਤੇ ਐਕਸ਼ਨ ਨਹੀਂ ਲੈ ਲਏ, ਨਾ ਸਾਲ ਤੋਂ ਪੰਚਾਇਤ ਨੇ ਆ ਕੇ ਆਪਣਾ ਜਵਾਬ ਦਿੱਤਾ। ਸੋ ਹੁਣ ਇਸ ਦੇ ਬਾਅਦ ਮਾਮਲਾ ਹੁਣ ਹੋਰ ਉੱਠਿਆ, ਨਸ਼ਰ ਹੋਇਆ, ਅੱਗੇ ਕੋਈ ਸਰਕਾਰ ਇਨਸਾਫ ਦੇ ਪਾਉਂਦੀ ਹੈ, ਨਜਾਇਜ਼ ਕਬਜ਼ਾ ਦੂਰ ਹੁੰਦਾ ਕਿ ਨਹੀਂ ਸਾਹਮਣੇ ਆ ਜਾਏਗਾ। ਵਿਜੇ ਸ਼ੋਕ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਮੋਹਾਲੀ। ਦੇਸ਼ ਦੁਨੀਆ ਦੀਆਂ ਖਬਰਾਂ ਸਭ ਤੋਂ ਪਹਿਲਾਂ ਜਾਣਨ ਦੇ ਲਈ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰੋ ਸਕਰੋਲ ਪੰਜਾਬ।